तकरीबन 8-9 मुके कुछ बच्चे से जोड़े उत्तर पार्टी अर्थ कर रहे थे तो कुछ इन्हों स्टाफ मैंबर से उन्होंने अरैसट किया गया जेडे उत्तर पार्टी कर रहे थे 14-15 जने वो ने कुछ उन्होंने स्टाफ मैंबर ने 2-3 जने एक मालिक उन्होंने जोड़ा मालिक उसको पूछगिछ की जाऊगी फिर उस बारे सारा कुछ पता लगे कितों का रहने वाला है की करता है की ना पता सारा कुछ पता लगे अज एक हुक्का वर्त रेड की है पूरा मामला ब्रीफ कर साढ़े मानयोग सीपी साहब हदायतें सी कि शहर के जो भी इलीगली एक्टिविटीज़ चल दी पी उन्होंने सख्त तो सख्त कार्रवाई की जाए तो उन्होंने निगरानी रखी जाए कि कितने भी इदा की कोई भी एक्टिविटी हो गई ना उस मुहिम के तहत एक सू अच इनफोरमेशन मिली सी साढ़े खुफिया सूत्रों के तहत कि साढ़े एरिए UNME नाम का कुछ हुक्का बार है जिद कि कुछ इलीगली तौर पर हुक्के चल रहे थे कुछ पार्टी चल रही थी उन्होंने वो भी सू इनफोरमेशन आई थी जो उके जाके रेड की तो उस मौके रेड के सू तकरीबन 8-9 मुके कुछ बच्चे से जोड़े उत्तर पार्टी अर्थ कर रहे थे तो कुछ इन्हों स्टाफ मैंबर से उन्होंने अरैसट किया गया सर मालिक का पता लगे कौन है मालिक हाँ जी मालिक जी मौके पर सगा जो मालिक उन्होंने अरैसट कर लिया तो हम अगर जी फर्दर इंक्वायरी आदि भी सारा कुछ पता लगेगा कि जो लाइसेंस है वो कि नाम से आ ਇਹ ਹੁੱਕਾ ਬਾਰ ਜਿਹੜਾ ਕਿਹਦੀ ਸ਼ਹਿਰ ਦੇ ਨਾਲ ਜਾਂ ਕਿੱਦਾਂ ਚੱਲ ਰਿਹਾ ਸੀਗਾ ਉਹ ਜਿਹੜੀ ਆਪਣੀ ਫਰਦਰ ਇਨਵੈਸਟੀਗੇਸ਼ਨ ਸਾਰਾ ਕੁਛ ਸਾਹਮਣੇ ਆਇਆ ਸਰ ਪਤਾ ਲੱਗਿਆ ਹੈ ਕਿ ਆਪਣਾ ਹੁੱਕੇ ਦੀ ਆੜ ਦੇ ਵਿੱਚ ਨਸ਼ਾ ਵੀ ਜਿਹੜਾ ਬੱਚਿਆਂ ਨੂੰ ਪ੍ਰੋਵਾਈਡ ਕਰਵਾਇਆ ਜਾਂਦਾ ਸੀ ਨਹੀਂ ਹਲੇ ਤਾਂ ਫਿਲਹਾਲ ਤਾਂ ਜਿਹੜੀ ਇਨਵੈਸਟੀਗੇਸ਼ਨ ਜੋ ਸਾਡੇ ਸਾਹਮਣੇ ਆਇਆ ਜੋ ਸਾਡੀ ਰੇਡ ਹੋਈ ਆ ਰੇਡ ਦੇ ਵਿੱਚ ਹਲੇ ਤਾਂ ਇੱਕ ਹੁੱਕੇ ਅਤੇ ਕੁਛ ਉਹਦਾ ਜਿਹੜੇ ਉਹਦੇ ਵਿੱਚ ਜੋ ਕੈਮੀਕਲ ਪੈਂਦਾ ਆ ਜੋ ਆਪਣੇ ਤੰਬਾਕੂ ਵਗੈਰਾ ਉਹ ਮਿਲਿਆ ਸਾਨੂੰ ਹੋਰ ਇੱਦਾਂ ਦੀ ਸਾਨੂੰ ਕੋਈ ਵੀ ਇਲੀਗਲ ਚੀਜ਼ ਨਹੀਂ ਮਿਲੀ ਸਰ ਮਾਲਕ ਦਾ ਕੀ ਨਾਮ ਹੈ ਤਕਰੀਬਨ ਕਿੰਨੇ ਲੜਕੇ ਆ ਜਿਹੜੇ ਤੁਸੀਂ ਹਿਰਾਸਤ 'ਚ ਲਏ ਜਿਹੜੇ ਉੱਥੇ ਪਾਰਟੀ ਕਰ ਰਹੇ ਸੀਗੇ 14-15 ਜਣੇ ਉਹ ਨੇ ਅਤੇ ਕੁਛ ਉਹਨਾਂ ਦੇ ਸਟਾਫ ਮੈਂਬਰ ਨੇ 2-3 ਜਣੇ ਅਤੇ ਇੱਕ ਮਾਲਕ ਆ ਉਹਨਾਂ ਦਾ ਜਿਹੜਾ ਮਾਲਕ ਆ ਉਹਦੇ ਕੋਲੇ ਪੁੱਛਗਿਛ ਕੀਤੀ ਜਾਊਗੀ ਫਿਰ ਉਹਦੇ ਬਾਰੇ ਸਾਰਾ ਕੁਛ ਪਤਾ ਲੱਗੂ ਕਿੱਥੋਂ ਦਾ ਰਹਿਣ ਵਾਲਾ ਹੈ ਕੀ ਕਰਦਾ ਹੈ ਕੀ ਨਾਮ ਪਤਾ ਸਾਰਾ ਕੁਛ ਉਹਦਾ ਫਿਰ ਪਤਾ ਲੱਗੂ ਆਪਣੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹਾਂਜੀ ਹਲੇ ਤਾਂ ਲੈ ਕੇ ਆਏ ਹਾਂ ਹੁਣ ਅੱਗੇ ਜਿਹੜਾ ਉਹਦਾ ਮਾਮਲਾ ਦਰਜ ਕੀਤਾ ਜਾਊਗਾ ਫਿਰ ਅੱਗੇ ਇਨਵੈਸਟੀਗੇਸ਼ਨ ਸਰ ਜਿਹੜੇ ਬੱਚੇ ਨੇ ਉਹ ਉਮਰ ਤੋਂ ਘੱਟ ਲੱਗ ਰਹੇ ਨੇ 18 ਸਾਲ ਤੋਂ ਅਤੇ ਉਹਨਾਂ ਦੇ ਕਿਹੋ ਜਿਹੀ ਕਾਰਵਾਈ ਕੀਤੀ ਦੇਖੋ ਜੀ ਜਿਹੜੇ ਬੱਚੇ ਲੈ ਕੇ ਆਉਂਦੇ ਆ ਜੀ ਉਹ ਬੱਚੇ ਉੱਥੇ ਪਾਰਟੀ ਕਰ ਰਹੇ ਸੀ ਉਹ ਇੱਕ ਰੈਸਟੋਰੈਂਟ ਆ ਜੀ ਉਹ ਆਪਣਾ ਉੱਥੇ ਖਾਣ ਪੀਣ ਲਈ ਆਏ ਸੀ ਠੀਕ ਹੈ ਜੀ ਇਸ ਤੋਂ ਇਲਾਵਾ ਜੇ ਆਪਾਂ ਕਹਿ ਦਈਏ ਉਹਨਾਂ ਦੀ ਇਨਵਾਇਰਮੈਂਟ ਤੇ ਕੁਝ ਨਹੀਂ ਰੈਸਟੋਰੈਂਟ ਕੋਲ ਰੈਸਟੋਰੈਂਟ ਤੇ ਕੋਈ ਵੀ ਜਾ ਸਕਦਾ ਜੀ ਹੁੱਕੇ ਦਾ ਸੇਵਨ ਕਰ ਰਹੇ ਸੀ ਉਹ ਉੱਥੇ ਜਦੋਂ ਪਹੁੰਚ ਕੇ ਕੀ ਲਈ ਨਹੀਂ ਹੁੱਕੇ ਦਾ ਸੇਵਨ ਉਹ ਨਹੀਂ ਸੀ ਕਰ ਰਹੇ ਜਿਹੜੇ ਹੋਰ ਸੀਗੇ ਕੁਝ ਜਿਹੜੇ ਆਪਣੇ ਅਡਲਟ ਸੀਗੇ ਮੈਂਬਰਸ ਉਹ ਕਰ ਰਹੇ ਸੀਗੇ ਉਹਨਾਂ ਨੂੰ ਮੌਕੇ ਤੇ ਅਰੈਸਟ ਕੀਤਾ ਗਿਆ ਠੀਕ ਹੈ ਇਹਨਾਂ ਤੋਂ ਸਿਰਫ ਜਸਟ ਲੈ ਕੇ ਆਂਦਾ ਕਿ ਹਾਂ ਵੀ ਇਦਾਂ ਦੀ ਜਗ੍ਹਾ ਤੇ ਜਿੱਦਾਂ ਦੀ ਕੋਈ ਐਕਟੀਵਿਟੀ ਹੁੰਦੀ ਉੱਥੇ ਵੀ ਜਾਣਾ ਇਦਾਂ ਦਾ ਖਤਰੇ ਤੋਂ ਖਾਲੀ ਨਹੀਂ ਆਪਣੇ ਬੱਚਿਆਂ ਦੇ ਮਾਨਸਿਕ ਤੌਰ ਤੇ ਵੀ ਬਿਮਾਰ ਹੋ ਜਾਣਗੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਇਸ ਕਰਕੇ ਉਹਨਾਂ ਨੂੰ ਲੈ ਕੇ ਆਂਦਾ ਕਿ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗ ਜਾਵੇ ਕਿ ਇਦਾਂ ਦੀ ਜਗ੍ਹਾ ਤੇ ਨਹੀਂ ਜਾਣਾ ਠੀਕ ਦੁਖੀ ਭੈਣ ਭਰਾਵਾਂ ਦੇ ਮਸੀਹਾ ਪੰਜਾਬ ਦੇ ਮਸ਼ਹੂਰ ਜੋਤਿਸ਼ 50 ਸਾਲਾਂ ਦਾ ਮਹਾਨ ਤਜਰਬਾ ਤਾਂਤਰਿਕ ਵਿਧੀ ਨਾਲ ਪਾਓ 100% ਗਾਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ 'ਚ ਝਗੜਾ ਪ੍ਰੇਮ ਵਿਆਹ 'ਚ ਰੁਕਾਵਟ ਸੌਧਨ ਦੁਸ਼ਮਣ ਦਾ ਖਾਤਮਾ ਵਿਦੇਸ਼ 'ਚ ਪੱਕਾ ਹੋਣਾ ਕੀਤਾ ਕਰਾਇਆ ਗੁਪਤ ਵਸ਼ੀਕਰਨ ਕਰਾਓ ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਬਸ 'ਚ ਕਰੋ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ बाबा सुल्तान जी 98-150-50-609।